सब्सक्राइब करें नेशनल बस और साथ ही दबाएं बेल आइकन। ਸਾਡੇ ਨਾਲ ਸੰਦੀਪ ਜੀ ਨੇ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਤੋਂ ਔਰ ਸੰਦੀਪ ਜੀ ਹਰ ਵਾਰੀ ਨਵੀਂ ਜਿਹੜੀ ਅਪਡੇਟ ਹੁੰਦੀ ਹੈ ਕੈਨੇਡਾ ਸਰਕਾਰ ਵੱਲੋਂ ਔਰ ਕਾਲਜਿਸ ਵੱਲੋਂ ਉਹ ਲੈ ਕੇ ਆਉਂਦੇ ਨੇ ਅੱਜ ਸੰਦੀਪ ਜੀ ਨਾਲ ਗੱਲ ਕਰਾਂਗੇ ਸਟੱਡੀ ਵੀਜ਼ਾ ਔਰ ਸਟੂਡੈਂਟ ਵੀਜ਼ਾ ਦੇ ਉੱਪਰ ਸੰਦੀਪ ਜੀ ਕੀ ਲੇਟੈਸਟ ਅਪਡੇਟ ਹੈ ਔਰ ਕੈਨੇਡਾ ਗੌਰਮੈਂਟ ਦੇ ਕੀ ਨਵੇਂ ਰੂਲਸ ਨੇ ਪੰਜਾਬ ਤੋਂ ਜਿਨ੍ਹਾਂ ਨੇ ਆਉਣਾ ਹੈ ਸੋ ਰਮਨੀਕ ਜੀ ਗੱਲ ਇੱਦਾਂ ਹੈ ਕਿ ਮੈਂ ਨਾ ਪਿਛਲੇ ਇੱਕ ਦੋ ਦਿਨਾਂ ਤੋਂ ਜਿੰਨੇ ਵੀ ਮੀਡੀਆ ਚੈਨਲਸ ਗਿਆ ਅਤੇ ਇੱਕ ਸਵਾਲ ਬਹੁਤ ਜ਼ਿਆਦਾ ਘੁੰਮ ਘੁੰਮ ਕੇ ਆਇਆ ਕਿ ਸਟੱਡੀ ਪਰਮਿਟ 'ਤੇ ਬਹੁਤ ਰਿਫਿਊਜ਼ਲ ਆ ਰਿਹਾ ਸਪਤੰਬਰ ਬੈਚ ਲਈ ਸਪਤੰਬਰ ਬੈਚ ਵਾਸਤੇ ਅੱਜ 15 ਜੁਲਾਈ ਹੋ ਗਈ ਹੈ ਜੀ ਸੋ 15 ਜੁਲਾਈ ਤੱਕ ਮੈਂ ਪ੍ਰਾਊਡਲੀ ਗੱਲ ਕਹਿ ਸਕਦਾ ਹਾਂ ਕਿ ਸਪਤੰਬਰ ਸੈਸ਼ਨ ਵਾਸਤੇ ਨੋਟ ਈਵਨ ਅ ਸਿੰਗਲ ਰਿਫਿਊਜ਼ਲ ਟਿਲ ਨਾਓ ਅੱਜ ਦੇ ਦਿਨ ਤੱਕ ਬ੍ਰੈਂਪਟਨ ਇਮੀਗ੍ਰੇਸ਼ਨ ਦਾ 15 ਜੁਲਾਈ ਤੱਕ ਸਪਤੰਬਰ ਸੈਸ਼ਨ ਵਾਸਤੇ ਨੋਟ ਈਵਨ ਅ ਸਿੰਗਲ ਰਿਫਿਊਜ਼ਲ ਸੋ ਆਈ ਵਾਜ਼ ਸਰਪ੍ਰਾਈਜ਼ਡ ਜਦੋਂ ਮੀਡੀਆ ਨੇ ਇਹ ਕੁਐਸਚਨ ਮੈਨੂੰ ਕੀਤਾ ਤੇ ਮੈਂ ਸਰੋਤਿਆਂ ਨੂੰ ਵੀ ਇਹ ਗੱਲ ਕਹਿਣਾ ਚਾਹ ਰਿਹਾ ਕਿ ਅਜੇ ਵੀ ਸਪਤੰਬਰ ਸੈਸ਼ਨ ਦੀਆਂ ਜਨਵਰੀ ਸੈਸ਼ਨ ਦੀਆਂ ਐਡਮਿਸ਼ਨਸ ਓਪਨ ਨੇ ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਅੱਜ ਹੀ ਕੰਟੈਕਟ ਕਰੋ ਤੁਹਾਡਾ ਅਸੀਂ ਤੁਹਾਡੀ ਮਦਦ ਕਰ ਸਕੀਏ ਇੰਨਾ ਹੀ ਨਹੀਂ ਤੁਹਾਨੂੰ ਪਤਾ ਹੀ ਹੈ ਕਿ ਵਿਜ਼ਟਰ ਵੀਜ਼ਾ ਹੁਣ ਖੁੱਲ੍ਹ ਚੁੱਕੇ ਨੇ ਸੋ ਕਾਫੀ ਵਿਜ਼ਿਟਰਸ ਕੈਨੇਡਾ 'ਚ ਆ ਰਹੇ ਨੇ ਕਾਫੀਆਂ ਨੇ ਮੈਨੂੰ ਰੀਚ ਆਊਟ ਵੀ ਕੀਤਾ ਕਿ ਅਸੀਂ ਕੈਨੇਡਾ ਦੇ ਵਿੱਚ ਪਹੁੰਚ ਗਏ ਹਾਂ ਜਾਂ ਪਹੁੰਚਣ ਵਾਲੇ ਹਾਂ ਤੇ ਵਿਜ਼ਿਟਰ ਉਹਨਾਂ ਦੇ ਰਿਲੇਟਿਵਸ ਕਈ ਪੁੱਛ ਰਹੇ ਸਨ ਕਿ ਅਸੀਂ ਕੀ ਇਹ ਪੋਸੀਬਲ ਹੈ ਕਿ ਵਿਜ਼ਿਟਰ ਟੂ ਵਰਕ ਪਰਮਿਟ ਕਨਵਰਟ ਹੋ ਸਕੇ ਜਾਂ ਵਿਜ਼ਿਟਰ ਟੂ ਸਟੱਡੀ ਪਰਮਿਟ ਕਨਵਰਟ ਹੋ ਸਕੇ ਸੋ ਮੈਂ ਤੁਹਾਡੇ ਸਰੋਤਿਆਂ ਨੂੰ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਕਿ ਬਿਲਕੁਲ ਇਹ ਆਪਸ਼ਨਸ ਓਪਨ ਨੇ ਇਹ ਹੋ ਸਕਦਾ ਹੈ ਔਰ ਸਾਡਾ ਸਕਸੈਸ ਰੇਟ ਇਸ ਬਹੁਤ ਜ਼ਿਆਦਾ ਆ ਸੋ ਅਗਰ ਇਸ ਤੁਸੀਂ ਸਾਡੀ ਮਦਦ ਚਾਹੁੰਦੇ ਹੋ ਤੇ ਫੀਲ ਫ੍ਰੀ ਟੂ ਕੰਟੈਕਟ ਅਸ ਐਂਡ ਵਿਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਤੁਸੀਂ ਗੱਲ ਕਹੀ ਵੀ ਬਹੁਤ ਜ਼ਿਆਦਾ ਰਿਫਿਊਜ਼ਲ ਆ ਰਿਹਾ ਹੈ ਔਰ ਤੁਸੀਂ ਇਹ ਗੱਲ ਦੱਸੀ ਵੀ ਤੁਹਾਡੇ ਬ੍ਰੈਂਪਟਨ ਇਮੀਗ੍ਰੇਸ਼ਨ ਸੋ ਆਈ ਹੈਵਨਟ ਸੀਨ ਰਿਫਿਊਜ਼ਲਸ ਮੇਰੇ ਤੱਕ ਤਾਈਓ ਮੈਂ ਹੈਰਾਨ ਸੀਗਾ ਜਦੋਂ ਮੀਡੀਆ ਨੇ ਗੱਲ ਕੀਤੀ ਕਿ ਇੰਨੀ ਰਿਫਿਊਜ਼ਲ ਆ ਰਹੀ ਹੈ ਮੈਂ ਮੇਰੇ ਹਿਸਾਬ ਨਾਲ ਤਾਂ ਸਕਸੈਸ ਹੈ ਹੀ ਬਹੁਤ ਜ਼ਿਆਦਾ ਆ ਸਪਤੰਬਰ ਲਈ ਅਸੀਂ ਆਈ ਹੈਵ ਦ ਓਨਲੀ ਥਿੰਗ ਦੈਟ ਆਈ ਹੈਵ ਸੀਨ ਇਜ਼ ਸਕਸੈਸ ਸੋ ਜਦੋਂ ਮੀਡੀਆ ਮੈਨੂੰ ਕੁਐਸਚਨ ਕਰ ਰਿਹਾ ਸੀਗਾ ਕਿ ਹਾਂ ਰਿਫਿਊਜ਼ਲ ਇੰਨੀ ਜ਼ਿਆਦਾ ਆ ਰਹੀ ਹੈ ਆਈ ਵਾਸ ਸਰਪ੍ਰਾਈਜ਼ਡ ਟੂ ਹੀਅਰ ਦੈਟ ਜੀ ਕਿਤੇ ਇਹ ਤਾਂ ਨਹੀਂ ਵੀ ਜਿਹੜੇ ਠੱਗ ਕੰਸਲਟੈਂਟ ਨੇ ਉਹਨਾਂ ਦਾ ਰਿਫਿਊਜ਼ਲ ਸ਼ੁਰੂ ਕਰਤਾ ਹੈ ਗਵਰਨਮੈਂਟ ਆਫ ਕੈਨੇਡਾ ਨੇ ਵੀ ਉਹ ਸਟ੍ਰਿਕਟ ਹੋ ਗਈ ਹੈ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥ ਜਿਹੜੇ ਫਰਾਡ ਕੰਸਲਟੈਂਟਸ ਦੇ ਥਰੂ ਆਏ ਆ ਤੇ ਉਹਨਾਂ ਦਾ ਰਿਫਿਊਜ਼ਲ ਕਰਤਾ ਹੋਵੇ ਤੇ ਉਹ ਰਿਫਲੈਕਟ ਦੂਸਰੇ ਕਾਲਜਸ ਦੇ ਉੱਪਰ ਹੋ ਰਿਹਾ ਹੋਵੇ ਸੋ ਐਜ਼ ਪਰ ਲਾ ਕੈਨੇਡੀਅਨ ਗਵਰਨਮੈਂਟ ਦੇ ਕੋਲ ਇਹ ਰਾਈਟ ਹੈਗਾ ਕਿ ਅਗਰ ਉਹਨਾਂ ਨੂੰ ਇਹ ਗੱਲ ਪਤਾ ਚੱਲੇ ਕਿ ਕੋਈ ਇਨਸਾਨ ਗੋਸਟ ਕੰਸਲਟੈਂਟ ਯੂਜ਼ ਕਰਦਾ ਪਿਆ ਤਾਂ ਉਹਦੀ ਫਾਈਲ ਰਿਫਿਊਜ਼ ਜਾਂ ਵਾਪਸ ਕੀਤੀ ਜਾ ਸਕਦੀ ਹੈ ਠੀਕ ਹੈ ਤੇ ਹੁਣ ਤੁਸੀਂ ਕੀ ਐਡਵਾਈਸ ਕਰ ਰਹੇ ਹੋ ਸਟੂਡੈਂਟਸ ਨੂੰ ਵੀ ਉਹ ਕੀ ਸਟੈਪਸ ਲੈਣ ਔਰ ਕੀ ਕਰਨ ਤਾਂ ਕਿ ਉਹਨਾਂ ਦੀ ਸਪਟੰਬਰ ਇਨਟੇਕ ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਮਿਲ ਸਕੇ ਇੱਕ ਛੋਟਾ ਜਿਹਾ ਕੰਮ ਕਰਨ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਪੰਜਾਬ ਆਫਿਸ ਨੂੰ ਕੰਟੈਕਟ ਕਰਨ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੰਦੀਪ ਜੀ ਸਾਡੇ ਨਾਲ ਜੁੜਨ ਦਾ ਤੇ ਉਮੀਦ ਕਰਦੇ ਹਾਂ ਵੀ ਸਾਰੇ ਸਟੂਡੈਂਟਸ ਜਿਹੜੇ ਹੈਗੇ ਨੇ ਤੁਹਾਡੀ ਐਡਵਾਈਸ ਦਾ ਫਾਇਦਾ ਚੱਕਣਗੇ ਔਰ ਸਹੀ ਪ੍ਰੋਸੀਜਰ ਦੇ ਥਰੂ ਸਪਟੰਬਰ ਜਿਹੜੀ ਇਨਟੇਕ ਹੈ ਉਸ 'ਚ ਆ ਕੇ ਆਪਣੇ ਸੁਪਨੇ ਪੂਰੇ ਕਰ ਸਕਣਗੇ ਬਹੁਤ ਬਹੁਤ ਧੰਨਵਾਦ ਸਿੰਘ ਜੀ ਥੈਂਕ ਯੂ ਨੈਸ਼ਨਲ ਬਸ ਪਰ ਲੇਟੈਸਟ ਨਿਊਜ਼ ਔਰ ਐਂਟਰਟੇਨਮੈਂਟ ਵੀਡੀਓਜ਼ ਦੇਖਣੇ ਕੇ ਲਿਏ ਸਬਸਕ੍ਰਾਈਬ ਕਰੇਂ ਲਾਈਕ ਕਰੇਂ ਕਮੈਂਟ ਕਰੇਂ ਔਰ ਸ਼ੇਅਰ ਕਰੇਂ ਥੈਂਕਸ ਫਾਰ ਵਾਚਿੰਗ